ਸਤਿ ਸ਼੍ਰੀ ਅਕਾਲ ਜੀ, ਸਲਾਮ ਅਦਾਬ, ਨਮਸਕਾਰ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਨਵਾਂ ਲੇਟੈਸਟ ਮੂਰੀ ਦਾ ਡਿਜ਼ਾਇਨ। ਸਭ ਤੋਂ ਪਹਿਲਾਂ ਮੈਂ ਮੂਰੀ 3 ਇੰਚ ਚੌੜੀ ਬੁਕਰਮ ਲਈ ਹੈ, ਜਿਸ ਦੇ ਮੈਨੇ ਦੋਨੋਂ ਸਾਈਡ ਲਾਈਨਸ ਲਗਾ ਕੇ ਛੋਟਾ ਲਹਿਰੀਆ ਲਗਾ ਲਿਆ ਹੈ। 3 ਇੰਚ ਤੋਂ ਥੋੜ੍ਹਾ ਜਿਹਾ ਘੱਟ ਹੈ, ਉਹਨੇ 3 ਇੰਚ ਚੌੜੀ ਬੁਕਰਮ ਲਈ ਹੈ। ਉਸਦੇ ਮੈਨੇ ਇੱਕ ਨੀਚੇ ਔਰ ਇੱਕ ਉੱਪਰ ਲਾਈਨਸ ਲਗਾ ਲਈ, ਔਰ ਸੈਂਟਰ ਵਿੱਚ ਇੱਕ ਲਾਈਨ ਲਗਾ ਲੈਣੀ ਹੈ ਬਿਲਕੁਲ ਸਟੇਚ ਸਿੱਧੀ। ਉਸ ਤੋਂ ਬਾਅਦ ਆਪਾਂ 3-3 ਇੰਚ ਦੂਰੀ 'ਤੇ ਨਿਸ਼ਾਨੀਆਂ ਲਗਾ ਲੈਣੀਆਂ ਨੇ। ਸੇਮ ਇੱਦਾਂ ਹੀ ਉੱਪਰ ਵੀ 3 ਇੰਚ ਚੌੜੀ, 3 ਇੰਚ ਦੂਰੀ 'ਤੇ ਨਿਸ਼ਾਨੀਆਂ ਲਗਾ ਲੈਣੀਆਂ ਨੇ। ਨਿਸ਼ਾਨੀਆਂ ਆਪਾਂ ਲਗਾ ਲਈਆਂ ਨੇ। ਉਸ ਤੋਂ ਬਾਅਦ ਇੱਧਰੋਂ ਇਸ ਲਾਈਨ ਤੋਂ 1/4 ਇੰਚ ਸਿਰਫ ਪੈਰ ਇੰਚ ਦੀ ਦੂਰੀ 'ਤੇ ਆਪਾਂ ਇਸ ਲਾਈਨ ਨੂੰ ਇਸ ਲਾਈਨ ਨਾਲ ਸਟੇਟ ਮਿਲਾ ਦੇਣਾ ਹੈ, ਲੇਕਿਨ ਦੂਰੀ ਰੱਖਣੀ ਹੈ। ਮੈਂ ਤੁਹਾਨੂੰ ਮਿਲਾ ਕੇ ਸਿਲਾਈ ਲਗਾਉਣ ਤੋਂ ਬਾਅਦ ਮਿਲਦੀ ਹਾਂ। ਆ ਦੇਖੋ, ਇੱਦਾਂ ਸਿਲਾਈ ਤੋਂ 1/4 ਇੰਚ ਦੂਰ ਸਕਰੋਲ ਲਗਾਉਣਾ ਹੈ, ਫਿਰ ਸਟੇਟ ਲਾਈਨ, ਫਿਰ ਸਕਰੋਲ, ਔਰ ਫਿਰ ਤਿਰਛੀ ਲਗਾਉਣ ਤੋਂ ਬਾਅਦ ਫਿਰ ਸਕਰੋਲ। ਹੁਣ ਇਸ ਸੇਮ ਇਸਦੇ ਬਿਲਕੁਲ ਓਪੋਜ਼ਿਟ ਸਾਈਡ ਵੀ ਸੇਮ ਸਕਰੋਲ, ਔਰ ਇਸ ਲਾਈਨ ਤੋਂ ਇਸ ਲਾਈਨ ਤੱਕ ਕਟਿੰਗ ਕੱਟ ਕਰਦੇ ਹੋਏ ਇੱਧਰ ਨੂੰ ਤੱਕ ਸਿਲਾਈ ਲਗਾ ਲੈਣੀ ਹੈ, ਔਰ ਉਸ ਤੋਂ ਬਾਅਦ ਫਿਰ ਸਕਰੋਲ ਮੈਂ ਲਗਾ ਕੇ ਮਿਲਦੀ ਹਾਂ। ਦੇਖੋ, ਮੈਂ ਡਿਜ਼ਾਇਨ ਬਣਾ ਲਿੱਤਾ ਹੈ। ਇੱਧਰ ਵਾਲੀ ਸਾਈਡ ਵੀ ਸਕਰੋਲ ਹੈ, ਔਰ ਇੱਧਰ ਵਾਲੀ ਸਾਈਡ ਵੀ ਸਕਰੋਲ ਹੈ। ਸੈਂਟਰ ਵਿੱਚ ਤੁਸੀਂ ਕ੍ਰੋਸ ਦਾ ਨਿਸ਼ਾਨ ਬਣਾਉਣਾ ਹੈ। ਉਸ ਤੋਂ ਬਾਅਦ ਫਿਰ ਓਪੋਜ਼ਿਟ ਸੇਮ ਡਿਜ਼ਾਇਨ ਇੱਧਰ ਬਣਾਉਣਾ ਹੈ। ਹੁਣ ਆਪਾਂ ਡਿਜ਼ਾਇਨ ਅੱਗੇ ਸ਼ੁਰੂ ਕਰਦੇ ਹਾਂ। ਉਸ ਤੋਂ ਬਾਅਦ ਇੱਧਰ ਵਾਲੇ ਸਕਰੋਲ ਤੋਂ ਇੱਧਰ ਫਲਾਵਰ ਬਣਾਉਣਾ ਹੈ। ਮੈਂ ਫਲਾਵਰ ਬਣਾਉਂਦੀ ਹਾਂ ਇੱਦਾਂ ਤੁਸੀਂ ਫਲਾਵਰ ਡਰੋਅ ਕਰਕੇ ਇਸ ਉੱਪਰ ਲਾਈਨਸ ਲਗਾ ਲੈਣੀਆਂ ਨੇ। ਸੇਮ ਇੱਦਾਂ ਦਾ ਫਲਾਵਰ ਹੀ ਇਸ ਕ੍ਰੋਸ ਉੱਪਰ, ਜਿੰਨੇ ਵੀ ਤੁਹਾਡੀ ਮੂਰੀ ਦੇ ਉੱਪਰ ਕ੍ਰੋਸ ਆਉਣਗੇ, ਜਿੱਦਾਂ ਮੇਰੇ 2 ਕ੍ਰੋਸ ਆਏ ਨੇ, ਦੋਨੋਂ ਕ੍ਰੋਸ ਦੇ ਉੱਪਰ ਆਪਾਂ ਫਲਾਵਰ ਬਣਾ ਲਾਂਗੇ। ਔਰ ਫਲਾਵਰ ਬਣਾਉਣ ਤੋਂ ਬਾਅਦ ਬਾਕੀ ਦਾ ਪ੍ਰੋਸੈਸ ਮੈਂ ਬਾਅਦ ਵਿੱਚ ਦੱਸਦੀ ਹਾਂ। ਆਪਾਂ ਦੋਨੋਂ ਫਲਾਵਰ ਡਰਾ ਕਰ ਲਿੱਤੇ ਨੇ, ਔਰ ਫਲਾਵਰ ਡਰਾ ਕਰਨ ਤੋਂ ਬਾਅਦ ਸੈਂਟਰ ਵਿੱਚ ਫਲਾਵਰ ਨੂੰ ਐਟਰੈਕਟਿਵ ਲੁੱਕ ਦੇਣ ਲਈ ਔਰ ਫਿਨਿਸ਼ਿੰਗ ਲੁੱਕ ਦੇਣ ਲਈ ਮੇਰੇ ਲਾਈਨ ਲਗਾਈ ਹੈ। ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ। ਔਰ ਨੈਕਸਟ ਐਂਡ ਲਾਸਟ ਸਟੈਪ, ਆਪਣਾ ਜੋ ਇਹ ਏਰੀਆ ਜੋ ਖਾਲੀ ਲੱਗ ਰਿਹਾ ਹੈ, ਇਸਦੇ ਵਿੱਚ ਆਪਾਂ ਸੇਮ ਇੱਦਾਂ ਹੀ ਸਕਰੋਲ ਦੀਆਂ ਲਾਈਨਸ ਲਗਾ ਕੇ ਇਹਨੂੰ ਭਰ ਦੇਵਾਂਗੇ। ਸਕਰੋਲ ਦੀਆਂ ਲਾਈਨਸ ਲਗਾਉਂਦੇ ਹਾਂ ਆਪਾਂ, ਔਰ ਲੈ ਮੈਂ ਫਾਈਨਲ ਲੁੱਕ ਤੁਹਾਨੂੰ ਦਿਖਾਉਂਦੀ ਹਾਂ। ਆਪਣੀ ਮੂਰੀ ਦਾ ਡਿਜ਼ਾਇਨ ਕੰਪਲੀਟ ਹੋ ਗਿਆ ਹੈ। ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਡਿਜ਼ਾਇਨ ਕਿੱਦਾਂ ਦਾ ਲੱਗਾ, ਔਰ ਇੱਦਾਂ ਦੇ ਹੀ ਡਿਜ਼ਾਇਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਔਰ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣਾ। ਮੈਨੂੰ ਜ਼ਰੂਰ ਦੱਸਣਾ ਤੁਹਾਨੂੰ ਇਹ ਡਿਜ਼ਾਇਨ ਕਿੱਦਾਂ ਦਾ ਲੱਗਾ, ਔਰ ਤੁਸੀਂ ਵੀ ਇੱਕ ਵਾਰ ਟਰਾਈ ਜ਼ਰੂਰ ਕਰਨਾ। ਥੈਂਕ ਯੂ।